ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ। ਹੋਰ ਸਭ ਬਈ ਖਰੀਅਤ ਸੇ ਹੈਂ? ਮਾਸ਼ਾਅੱਲਾ ਜੀ ਮਾਸ਼ਾਅੱਲਾ, ਅਲਹਮਦੁਲਿਲ੍ਲਾ। ਅੱਲਾਹ ਤਾਲਾ ਸਿਹਤ ਦੇ ਸਾਰਿਆਂ ਨੂੰ ਖੁਸ਼ ਰੱਖੇ। ਮਾਸ਼ਾਅੱਲਾ ਜੀ ਅਲਹਮਦੁਲਿਲ੍ਲਾ, ਸਾਡਾ ਅੱਜ ਦਾ ਬਲਾਕ ਫਜਰ ਦੀ ਨਮਾਜ਼ ਤੋਂ ਸ਼ੁਰੂ ਹੋ ਗਿਆ ਅਤੇ ਇਨਸ਼ਾਅੱਲਾ ਦੇਖੋ ਕਿਹੜਾ ਬਲਾਕ ਬਣਦਾ। ਅਲਹਮਦੁਲਿਲ੍ਲਾ ਫਜਰ ਨਮਾਜ਼ ਅਦਾ ਕਰਕੇ ਆਪਣੇ ਜਾਨਵਰ ਬਾਹਰ ਕੱਢ ਕੇ ਅਤੇ ਹੁਣ ਅਸੀਂ ਥੋੜ੍ਹੀ ਜਿਹੀ ਸੈਰ ਕਰਨ ਲੱਗੇ ਹਾਂ। ਅਲਹਮਦੁਲਿਲ੍ਲਾ ਸੈਰ ਕਰਕੇ ਅਤੇ ਫਿਰ ਕੋਈ ਕੰਮ ਹੋਰ ਕੋਈ ਕਰਨੇ ਆ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਸੁਬਹਾ ਸੁਬਹਾ ਬੜਾ ਪਿਆਰਾ ਮੌਸਮ ਹੈ, ਯਕੀਨ ਕਰੋ ਇੰਨਾ ਕੁ ਪਿਆਰਾ ਮੌਸਮ ਹੈ ਨਾ ਕਿ ਜਿੰਨਾ ਕੁ ਹਿਸਾਬ ਹੀ ਨਹੀਂ। ਸਾਰੀ ਚੌਵੀਆਂ ਘੰਟੇ ਸੁਬਹਾ ਦਾ ਹੀ ਪਿਆਰਾ ਮੌਸਮ ਹੈ, ਕਿਉਂਕਿ ਦਿਨ ਗਰਮੀ ਬੜੀ ਹੁੰਦੀ ਹੈ ਅਤੇ ਰਾਤ ਨੂੰ ਮੱਛਰ ਬੜਾ ਹੁੰਦਾ। ਮੱਛਰਦਾਨੀ ਵੀ ਹੋਣੀ ਚਾਹੀਦੀ ਹੈ, ਪੱਖਾ ਵੀ ਹੋਣਾ ਚਾਹੀਦਾ, ਫਿਰ ਜਾ ਕੇ ਰਾਤ ਨੂੰ ਨੀਂਦਰ ਪੈਂਦੀ ਹੈ। ਚਲੋ ਮਾਸ਼ਾਅੱਲਾ, ਵਾਕਿਆ ਲੰਘਦਾ ਪਿਆ, ਲੰਘਾਈ ਜਾਂਦੇ ਪਏ। ਇਹ ਜੀ ਮਿੱਟੀ ਪਾਈ ਆ ਇੱਥੇ ਥੋੜ੍ਹੀ ਜੀ, ਕਾਹਦੇ ਵਾਸਤੇ? ਗੋਹੇ ਪੱਥਰ ਵਾਸਤੇ। ਥੋੜ੍ਹਾ ਜਿਹਾ ਪਾਣੀ ਆ ਜਾਏ ਨਾ ਅਤੇ ਫਿਰ ਉਹ ਨੀਂਦਾ ਹੋ ਜਾਂਦਾ ਕੰਮ, ਅਤੇ ਫਿਰ ਗੋਹੇ ਜਿਹੜੇ ਨੇ ਗਿੱਲੇ ਹੋ ਜਾਂਦੇ ਨੇ ਬਹੁਤੇ, ਅਤੇ ਹੁਣ ਜਿਹੜਾ ਨਾ ਮਿੱਟੀ ਪਾਈ ਹੈ ਕਿ ਫਿਰ ਇਸ ਤਰ੍ਹਾਂ ਦੇ ਜਿਹੜੇ ਨੇ ਗੋਹੇ ਪਾਥੀਆਂ ਅਤੇ ਗੋਹੇ ਇੱਥੇ ਪੱਥਰ ਕਰਨਗੇ। ਲਓ ਜੀ ਮਾਸ਼ਾਅੱਲਾ, ਹੁਣ ਅਸੀਂ ਜਾ ਰਹੇ ਹਾਂ ਸਬਜ਼ੀਆਂ ਵੱਲ। ਹੁਣ ਸਬਜ਼ੀਆਂ ਵੱਲ ਦੇਖਦੇ ਹਾਂ ਕਿ ਅਗਲੇ ਦਿਨ ਗਏ ਹਾਂ ਅਤੇ ਐਵੇਂ ਫੁੱਲ ਛੁੱਲ ਨਿਕਲੇ ਹਾਂ, ਕਿਸੇ ਨੂੰ ਕੋਈ ਸਬਜ਼ੀ ਪਈ ਦੀ ਅਤੇ ਚਲੋ ਮਾਸ਼ਾਅੱਲਾ ਜੀ ਅਸੀਂ ਹੁਣ ਚੱਲੇ ਹਾਂ ਸਬਜ਼ੀਆਂ ਵੱਲ। ਦੇਖੋ ਕਿਹੜੀ ਕਿਹੜੀ ਅਤੇ ਕਿੰਨੀ ਕਿੰਨੀ ਸਬਜ਼ੀ ਪਈ ਦੀ ਹੈ। ਲਓ ਜੀ ਮਾਸ਼ਾਅੱਲਾ, ਅਸੀਂ ਆਪਣੀਆਂ ਸਬਜ਼ੀਆਂ ਕੋਲ, ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਕੋਲ ਆ ਗਏ ਹਾਂ ਅਤੇ ਕਾਫੀ ਦਿਨਾਂ ਬਾਅਦ ਆਏ ਹਾਂ। ਦੇਖੋ ਕੀ ਭੇਦ ਹੈ ਅਤੇ ਕੀ ਕੁਛ ਹੈ। ਲਓ ਜੀ ਇਹ ਮਾਸ਼ਾਅੱਲਾ ਥੋਮ ਹੈ, ਪਿਆਜ਼ ਬਾਕੀ ਦਾ ਜੰਤਰੀ ਹੈ, ਚਾਚਾ ਨੇ ਜੰਤਰੀ ਰਾਹੜੀ ਦੀ ਹੈ। ਮਿਰਚਾਂ ਆ ਗਈਆਂ ਜੀ, ਮਿਰਚਾਂ ਗੱਲ ਖੋ ਕੇ ਖੜੀਆਂ ਹਾਂ।
ਹੁਣ ਚੱਲੇ ਅਸੀਂ ਜੀ ਕੱਦੂ ਸ਼ਰੀਫ ਵੱਲ, ਖੀਰੇ ਵੱਲ। ਭਿੰਡੀ ਲਓ ਜੀ, ਅਸੀਂ ਆ ਗਏ ਕੱਦੂ ਸ਼ਰੀਫ ਵੱਲ। ਮਾਸ਼ਾਅੱਲਾ ਕੁਲੇ ਕੁਲੇ ਕੱਦੂ ਸ਼ਰੀਫ। ਮਾਸ਼ਾਅੱਲਾ ਕਾਫੀ ਸਾਰੇ ਕੱਦੂ ਸ਼ਰੀਫ, ਹੋਰ ਦਸਾਂ ਦਿਨਾਂ ਨੂੰ ਇੰਨੇ ਕੁ ਕੱਦੂ ਸ਼ਰੀਫ ਪੈ ਜਾਂਦੇ ਨੇ, ਕਾਂਡੀਆਂ ਗੁਆਂਢੀਆਂ ਨੂੰ ਦੇਣੇ ਪੈਣੇ ਨੇ। ਇਹ ਦੇਖੋ ਕਿੰਨੇ ਕੁ ਪਿਆਰੇ ਨੇ ਕੱਦੂ ਸ਼ਰੀਫ। ਇੱਧਰ ਲੱਗਦਾ ਪਿਆ ਛੋਟਾ ਜਿਹਾ, ਮਾਸ਼ਾਅੱਲਾ ਜੀ ਅੱਛ ਫੜੇ ਨੇ, ਯਕੀਨ ਕਰੋ ਐਡੇ ਕੁ ਕੂਲੇ ਲੱਗਦੇ ਨੇ ਇਹਨਾਂ ਕਿ ਜਿੰਨਾ ਕੁ ਹਿਸਾਬ ਵੀ ਨਹੀਂ। ਲਓ ਜੀ ਮਾਸ਼ਾਅੱਲਾ, ਅਸੀਂ ਹੁਣ ਦੂਸਰੀ ਥੋੜ੍ਹਾ ਜਿਹਾ ਅੱਗੇ ਚੱਲੇ ਹਾਂ, ਕਿਉਂਕਿ ਇੱਥੇ ਜਗ੍ਹਾ ਥੋੜ੍ਹੀ ਸੀ ਅਤੇ ਇਸ ਲਈ ਉਹਨਾਂ ਮਿਰਚਾਂ ਘੱਟ ਲਾਈ ਦੀਆਂ ਨੇ, ਅਤੇ ਅਸੀਂ ਹੁਣ ਦੂਸਰੀ ਪਹਿਲੀ ਵੱਲ ਜਾ ਰਹੇ ਹਾਂ ਜਿੱਥੇ ਮਿਰਚਾਂ ਨੇ, ਉੱਥੇ ਦੇਖ ਕੇ ਆਉਂਦੇ ਹਾਂ ਕਿ ਮਿਰਚਾਂ ਕੀ ਹਿਸਾਬ ਕਿਤਾਬ ਹੈ, ਕਿਉਂਕਿ ਉਹ ਦੂਰ ਹੈ ਥੋੜ੍ਹਾ ਜਿਹਾ, ਉੱਧਰ ਘੱਟ ਵੱਧ ਹੀ ਜਾਈਦਾ। ਅਤੇ ਇਨਸ਼ਾਅੱਲਾ ਅਸੀਂ ਹੁਣ ਪੱਕੀ ਸੜਕੇ ਚੜ੍ਹ ਗਏ ਹਾਂ, ਅਤੇ ਹੁਣ ਜਾ ਕੇ ਚੈੱਕ ਕਰਦੇ ਹਾਂ। ਪੱਕੀ ਸੜਕ ਕਾਫੀ ਦੂਰ ਜਾਣਾ ਪੈਣਾ ਥੋੜ੍ਹਾ ਜਿਹਾ, ਅਤੇ ਫਿਰ ਇਨਸ਼ਾਅੱਲਾ ਦੇਖਦੇ ਹਾਂ ਉੱਥੇ ਕੀ ਹਿਸਾਬ ਕਿਤਾਬ ਹੈ। ਲਓ ਜੀ ਅਸੀਂ ਹੁਣ ਪੱਕੀ ਸੜਕ ਦੇ ਥੱਲੇ ਉਤਰ ਆਏ ਹਾਂ, ਅਤੇ ਅਸੀਂ ਹੁਣ ਜਾ ਰਹੇ ਹਾਂ ਸਬਜ਼ੀ ਵੱਲ। ਅਗਲੇ ਦਿਨ ਇੱਥੇ ਅਸੀਂ ਆਏ ਹਾਂ ਆਪਣੀ ਸਬਜ਼ੀ ਵੱਲ, ਅਤੇ ਇੱਥੇ ਜਿਹੜਾ ਲੱਗੀ ਸੀ ਲੁੜੀ, ਅਤੇ ਇਹਨੂੰ ਸਪਰੇ ਕਰਵਾਈ ਆ ਹੁਣ ਲੁੜੀ ਦੀ, ਅਤੇ ਖੋਹ ਕੇ ਵੀ ਖੜਦੇ ਰਹੇ ਨੇ ਘਰ ਦੇ ਲੈ ਜਾਂਦੇ ਨੇ ਖੋਹ ਕੇ, ਅਤੇ ਹੁਣ ਦੇਖੋ ਕੀ ਰਿਜ਼ਲਟ ਨਿਕਲਦਾ ਅੱਜ ਦਾ। ਕਾਫੀ ਦਿਨਾਂ ਬਾਅਦ ਚੱਕਰ ਲੱਗਦਾ ਪਿਆ ਇੱਧਰ, ਸਾਰ ਨਾਲ ਪਹਿਲੇ ਤਾਂ ਇਹਨੂੰ ਸਪਰੇਅ ਕੀਤੀ ਗਈ ਹੈ, ਇਹਨੂੰ
ਪਾਣੀ ਲਾਇਆ ਤੇ ਮਾਸ਼ਾਅੱਲਾ ਜੀ ਫਰਕ ਪਿਆ। ਸਪਰੇ ਕਰਨ ਨਾਲ ਲੂੜੀ ਇੰਨੀ ਕੁ ਲੱਗ ਗਈ ਸੀ ਕਿ ਜਿੰਨਾ ਕੁ ਹਿਸਾਬ ਹੀ ਨਹੀਂ। ਇੱਥੇ ਵੀ ਕੱਦੂ ਸ਼ਰੀਫ ਦੀਆਂ ਦੋ ਵੱਲਾਂ ਨੇ ਬਸ, ਅਤੇ ਇੱਥੇ ਵਾਲੀ ਕੱਦੂ ਸ਼ਰੀਫ ਕੋਈ ਨਹੀਂ ਲੱਗੇ ਦਾ। ਇੱਥੇ ਮਿਰਚਾਂ ਹੀ ਨੇ ਬੜੀਆਂ ਪਿਆਰੀਆਂ, ਮਾਸ਼ਾਅੱਲਾ। ਅਸੀਂ ਫਜਰ ਦੀ ਨਮਾਜ਼ ਜਮਾਤ ਨਾਲ ਪੜ੍ਹ ਕੇ ਅਤੇ ਅਲਹਮਦੁਲਿਲਾ ਸੈਰ ਕਰਕੇ ਅਤੇ ਅਸੀਂ ਹੁਣ ਸੁਬਹਾ ਸੁਬਹਾ ਤਾਜ਼ੀਆਂ ਸਬਜ਼ੀਆਂ ਦੀ ਵੀ ਸੈਰ ਕਰ ਲਈ ਹੈ ਕਿ ਕਿਹੜੀ ਕਿਹੜੀ ਸਬਜ਼ੀ ਲੱਗੀ ਦੀ ਹੈ। ਮਾਸ਼ਾਅੱਲਾ ਕੱਦੂ ਸ਼ਰੀਫ ਹੀ ਜ਼ਿਆਦਾ ਨਜ਼ਰ ਆਇਆ, ਕੱਦੂ ਸ਼ਰੀਫ ਲੱਗਿਆ ਦਾ ਅਤੇ ਇੱਧਰ ਨੂੰ ਮਿਰਚਾਂ ਲੈ ਗਏ ਨੇ ਖੋਹ ਕੇ, ਬਰਹਲ ਲੱਗੀ ਦੀਆਂ ਕਿਤੇ ਕਿਤੇ। ਅਤੇ ਇਨਸ਼ਾਅੱਲਾ ਫਿਰ ਨੈਕਸਟ ਟਾਈਮ ਅਸੀਂ ਆਪਣੀਆਂ ਸਬਜ਼ੀਆਂ ਚਾਹਵਾਂਗੇ, ਚੈੱਕ ਕਰਾਂਗੇ ਕੀ ਹਿਸਾਬ ਕਿਤਾਬ ਹੈ। ਅਤੇ ਮਾਸ਼ਾਅੱਲਾ ਜੀ ਮਾਸ਼ਾਅੱਲਾ, ਸਾਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਅੱਜ ਦਾ ਵਲੋਗ ਸਾਡਾ ਇਹ ਹੀ ਬਿਹਤਰੀਨ ਤਾਜ਼ੀਆਂ ਸਬਜ਼ੀਆਂ, ਸਾਰਿਆਂ ਨਾਲੋਂ ਬਿਹਤਰੀਨ ਸਬਜ਼ੀ ਕੱਦੂ ਸ਼ਰੀਫ। ਅੱਲਾ ਹਾਫਿਜ਼।